ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪੰਜਾਬ ਮਿਲ ਯੂਐਸਏ ਟੀਵੀ ਮੈਂ ਹਾਂ ਸੰਜੀਵ ਯਸ਼ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਖਬਰਾਂ ਦੇ ਇਸ ਬੁਲੇਟਨ ਦੇ ਵਿੱਚ ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ ਪੰਜਾਬੀ ਵਿਦਿਆਰਥੀਆਂ ਲਈ ਵੱਡਾ ਮੌਕਾ ਕੈਨੇਡਾ ਵਿੱਚ ਨਰਸਾਂ ਦੇ 35000 ਤੋਂ ਜ਼ਿਆਦਾ ਅਹੁਦੇ ਖਾਲੀ ਕੈਨੇਡਾ ਦੇ ਸੁਪਨੇ ਸਜਾਉਣ ਵਾਲੇ ਪੰਜਾਬੀ ਵਿਦਿਆਰਥੀ ਚਿੰਤਾ ਵਿੱਚ ਡੁੱਬੇ ਨਿਊਜ਼ੀਲੈਂਡ ਨੇ ਕਾਮਿਆਂ ਦੀ ਕਾਟ ਨੂੰ ਪੂਰਾ ਕਰਨ ਲਈ ਵੀਜ਼ਾ ਨੀਮਾਂ 'ਚ ਕੀਤਾ ਬਦਲਾਅ ਯੂਕਰੇਨ ਨੂੰ 77.5 ਕਰੋੜ ਡਾਲਰ ਦੇ ਹਥਿਆਰਾਂ ਦਾ ਇੱਕ ਹੋਰ ਪੈਕੇਜ ਦੇਵੇਗਾ ਅਮਰੀਕਾ ਭਾਰਤ ਦੀ ਅਮਰੀਕਾ ਤੋਂ MQ98 ਡਰੋਨ ਖਰੀਦਣ ਦੀ ਗੱਲ ਬਾਤ ਅਹਿਮ ਪੜਾਵਚ ਐਡਵੋਕੇਟ ਤਾਮੀਦਾ ਸਰਕਾਰਾਂ ਨੂੰ ਤਿੱਖਾ ਸਵਾਲ ਜੇ ਜ਼ਬਰ ਜਨਾਇਆਂ ਨੂੰ ਛੱਡਿਆ ਜਾ ਸਕਦਾ ਹੈ ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਹੁਣ ਖਬਰਾਂ ਦਾ ਵਿਸਥਾਰ ਕੈਨੇਡਾ ਵਿੱਚ ਕਰੀਬ 35000 ਤੋਂ ਵੱਧ ਨਰਸਾਂ ਦੇ ਅਹੁਦੇ ਖਾਲੀ ਹੋ ਚੁੱਕੇ ਹਨ ਇਹ ਪੰਜਾਬ ਦੇ ਨਰਸਿੰਗ ਕਾਲਜਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਲਈ ਵੱਡਾ ਮੌਕਾ ਸਾਬਤ ਹੋ ਸਕਦਾ ਹੈ ਕੈਨੇਡਾ ਵਿੱਚ ਜਿੱਥੇ ਇਹ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ ਉੱਥੇ ਕੈਨੇਡਾ ਵਿੱਚ ਹਰ ਚਾਰ ਵਿੱਚੋਂ ਇੱਕ ਨਰਸ ਅਗਲੇ 3 ਸਾਲ ਵਿੱਚ ਨੌਕਰੀ ਛੱਡਣ ਦਾ ਮਨ ਬਣਾ ਚੁੱਕੀ ਹੈ ਕੈਨੇਡੀਅਨ ਯੂਨੀਅਨ ਆਫ ਨਰਸਸ ਮੁਤਾਬਕ ਇੱਕ ਅੰਦਰੂਨੀ ਸਰਵੇ ਵਿੱਚ ਕਰੀਬ 28% ਦੀ ਨਰਸਾਂ ਨੇ ਕੰਮ ਦੇ ਤਣਾਅ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਦੁਰਵਿਵਹਾਰ ਕਾਰਨ ਅਤੇ ਕੰਮ ਕਰਨ ਦਾ ਸਹੀ ਮਾਹੌਲ ਨਾ ਹੋਣ ਕਾਰਨ ਨੌਕਰੀ ਛੱਡਣ ਦੀ ਇੱਛਾ ਜਤਾਈ ਹੈ ਨਰਸਿੰਗ ਸਟਾਫ ਦੀ ਕਮੀ ਨਾਲ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਲਗਾਤਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਅਮਰੀਕਾ ਵਿੱਚ ਬਿਹਤਰ ਕਮਾਈ ਦੀ ਇੱਛਾ ਵਿੱਚ ਪਲਾਈਨ ਵੀ ਇਸ ਕਮੀ ਦੀ ਵੱਡੀ ਵਜ੍ਹਾ ਬਣ ਕੇ ਸਾਹਮਣੇ ਆਇਆ ਹੈ ਕੈਨੇਡਾ ਵਿੱਚ ਆਉਣ ਵਾਲੀਆਂ ਇਮੀਗ੍ਰੈਂਟਸ ਨਰਸਾਂ ਦਾ ਅਮਰੀਕਾ ਜਾਣਾ ਜਾ ਰਿਹਾ ਹੈ ਉਹ ਕੈਨੇਡਾ ਵਿੱਚ ਕੰਮ ਕਰਦੇ ਹੋਏ ਅਮਰੀਕੀ ਨਰਸਿੰਗ ਲਾਇਸੈਂਸ ਦੇ ਟੈਸਟ ਵਗੈਰਾ ਦੇ ਕੇ ਇੰਤਜ਼ਾਰ ਕਰ ਦਿਆਂ ਹਨ ਲਾਈਸੈਂਸ ਮਿਲਦੇ ਹੀ ਉਹ ਅਮਰੀਕਾ ਦੇ ਹਸਪਤਾਲਾਂ ਵਿੱਚ ਪਹੁੰਚ ਜਾਂਦੀਆਂ ਹਨ ਕੈਨੇਡਾ ਵਿੱਚ ਨਰਸਾਂ ਨੂੰ ਪ੍ਰਤੀ ਘੰਟਾ 72 ਤੋਂ 40 ਡਾਲਰ ਤੱਕ ਮਿਲਦੇ ਹਨ ਉੱਥੇ ਅਮਰੀਕਾ ਵਿੱਚ ਉਹਨਾਂ ਨੂੰ 50 ਤੋਂ 55 ਡਾਲਰ ਪ੍ਰਤੀ ਘੰਟਾ ਮਿਲਦੇ ਹਨ ਇੱਥੇ ਦੱਸ ਦਈਏ ਕਿ ਕੈਨੇਡਾ ਵਿੱਚ 2,40,000 ਨਰਸਾਂ ਦੇ ਕੁੱਲ ਆਉਧਿਆਂ ਵਿੱਚੋਂ ਕਰੀਬ 15% ਦੇ ਇਸ ਸਮੇਂ ਖਾਲੀ ਹਨ ਅਤੇ ਇਹ ਅੰਕੜਾ 20% ਦੇ ਮਤਲਬ 50,000 ਤੱਕ ਵੀ ਪਹੁੰਚ ਸਕਦਾ ਹੈ ਪਿੰਡੂ ਖੇਤਰਾ ਵਿੱਚ ਮੌਜੂਦ ਹਸਪਤਾਲਾਂ ਵਿੱਚ ਸਟਾਫ ਦੀ ਕਮੀ ਹੋਰ ਵੀ ਜ਼ਿਆਦਾ ਹੈ ਕਈ ਸ਼ਹਿਰੀ ਅਤੇ ਪੈਂਡੂ ਹਸਪਤਾਲਾਂ ਵਿੱਚ ਸਿਰਫ ਐਮਰਜੈਂਸੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਕੈਨੇਡਾ ਵਿੱਚ ਵਿਪਿੰਨ ਦੇਸ਼ਾਂ ਤੋਂ ਸਟੱਡੀ ਕਰਕੇ ਆਈਆਂ ਹੋਈਆਂ 14000 ਨਰਸਾਂ ਹਨ ਜਿਨ੍ਹਾਂ ਵਿੱਚੋਂ 5000 ਤੋਂ ਵੱਧ ਇਕੱਲੇ ਪੰਜਾਬ ਤੋਂ ਹਨ ਪਰ ਕੈਨੇਡੀਅਨ ਟੈਸਟ ਅਤੇ ਹੋਰ ਨਿਯਮਾਂ ਕਾਰਨ ਇਹਨਾਂ ਨੂੰ ਨੌਕਰੀਆਂ ਨਹੀਂ ਮਿਲ پا ਰਹੀਆਂ ਸਰਕਾਰ ਇਹਨਾਂ ਨੂੰ ਤੇਜ਼ੀ ਨਾਲ ਕੰਮ ਤੇ ਰੱਖਣਾ ਚਾਹੁੰਦੀ ਹੈ ਪਰ ਪ੍ਰਕਿਰਿਆ ਪੂਰਾ ਕਰਨ ਵਿੱਚ ਸਮਾਂ ਲੱਗ ਰਿਹਾ ਹੈ ਕੈਨੇਡਾ ਦੇ ਸੁਪਨੇ ਸਜਾਉਣ ਵਾਲੇ ਪੰਜਾਬੀ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿੱਚ ਪੈ ਗਿਆ ਹੈ ਕਿਉਂਕਿ ਸਤੰਬਰ ਸੈਸ਼ਨ ਵਿੱਚ ਸਿਰਫ 15 ਦਿਨ ਬਾਕੀ ਨੇ ਪਰ ਉਹਨਾਂ ਨੂੰ ਸਟੱਡੀਜ਼ ਵੀਜ਼ਾ ਨਹੀਂ ਮਿਲ ਰਿਹਾ ਐਮਬੈਸੀ ਵੱਲੋਂ ਸਟੱਡੀ ਵੀਜ਼ੇ ਦੀਆਂ ਪੁਰਾਣੀਆਂ ਅਰਜ਼ੀਆਂ ਵੀ ਸਮੇਂ ਸਿਰ ਕਲੀਅਰ ਨਹੀਂ ਕੀਤੀਆਂ ਗਈਆਂ ਤੇ ਹੁਣ ਨਵੀਆਂ ਅਰਜ਼ੀਆਂ ਵੀ ਲਟਕ ਰਹੀਆਂ ਨੇ ਬੈਕਲੌਗ ਵਧਣ ਤੇ ਕਈ ਹੋਰ ਕਾਰਨਾ ਕਰਕੇ ਬਹੁਤ ਸਾਰੇ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਜਾ ਰਹੀਆਂ ਨੇ ਇੰਨਾਂ ਵਿੱਚ ਉਹ ਵਿਦਿਆਰਥੀ ਵੀ ਸ਼ਾਮਲ ਨੇ ਜਿਨ੍ਹਾਂ ਨੇ ਆਇਲਸ ਵਿੱਚ ਚੰਗੇ ਬੈਂਡ ਲਏ ਸੀ ਇਸ ਕਾਰਨ ਪੰਜਾਬੀ ਵਿਦਿਆਰਥੀਆਂ ਤੇ ਉਹਨਾਂ ਦੇ ਮਾਪੇ ਚਿੰਤਾ ਵਿੱਚ ਡੁੱਬ ਗਏ ਨੇ ਕੈਨੇਡਾ ਵਿੱਚ ਸਤੰਬਰ ਦੇ ਪਹਿਲੇ ਹਫਤੇ ਤੋਂ ਸਾਰੇ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਕਲਾਸਾਂ ਸ਼ੁਰੂ ਹੋ ਰਹੀਆਂ ਨੇ ਸਿਰਫ 15 ਦਿਨ ਦਾ ਸਮਾਂ ਬਚਿਆ ਪਰ ਕੈਨੇਡੀਅਨ ਐਮਬੈਸੀ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਜਾਰੀ ਨਹੀਂ ਕੀਤਾ ਜਾ ਰਿਹਾ ਕਈ ਵਿਦਿਆਰਥੀ ਅਗਸਤ ਮਹੀਨੇ ਦੇ ਆਖਰੀ ਦਿਨਾਂ ਦੀ 에ਅਰ ਟਿਕਟ ਤੱਕ ਬੁੱਕ ਕਰਵਾ ਕੇ ਤੇ ਲੱਖਾਂ ਰੁਪਏ ਕਾਲਜਾਂ ਨੂੰ ਫੀਸ ਦੇ ਕੇ ਬੈਠੇ ਹਨ ਪਰ ਸਟੱਡੀ ਵੀਜ਼ਾ ਦੀਆਂ ਫਾਈਲਾਂ ਲਟਕ ਰਹੀਆਂ ਨੇ ਸੋ ਇਸ ਤਰ੍ਹਾਂ ਬਹੁਤ ਸਾਰੇ ਪੰਜਾਬੀ ਵਿਦਿਆਰਥੀਆਂ ਨੇ ਜਿਨ੍ਹਾਂ ਨੇ ਕੈਨੇਡਾ ਦੇ ਸਟੱਡੀ ਵੀਜ਼ੇ ਲਈ ਅਪਲਾਈ ਕੀਤਾ ਸੀ ਪਰ ਹੁਣ ਉਹਨਾਂ ਨੂੰ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ ਕੈਨੇਡਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਪੰਜਾਬੀ ਵਿਦਿਆਰਥੀਆਂ ਦੀ ਸਾਰ ਲਵੇ ਅਤੇ ਅੰਬੈਸਡਰੀ ਵਿੱਚ ਤੂੜ ਫੱਕ ਰਹੀਆਂ ਇਨ੍ਹਾਂ ਦੀਆਂ ਵੀਜ਼ਾ ਅਰਜ਼ੀਆਂ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਜਾਵੇ ਨਿਊਜ਼ੀਲੈਂਡ ਆਪਣੇ ਇਮੀਗ੍ਰੇਸ਼ਨ ਨੀਮਾ ਵਿੱਚ ਅਸਥਾਈ ਤੌਰ ਤੇ ਤਬਦੀਲੀ ਕਰੇਗਾ ਜਿਸ ਦਾ ਉਦੇਸ਼ ਅਗਲੇ ਸਾਲ 12000 ਵਰਕਰਾਂ ਨੂੰ ਆਕਰਸ਼ਿਤ ਕਰਨਾ ਹੈ ਇਮੀਗ੍ਰੇਸ਼ਨ ਮੰਤਰੀ ਮਾਈਕਲ ਵੁੱਡ ਨੇ ਐਤਵਾਰ ਨੂੰ ਕਿਹਾ ਕਿ ਨਿਊਜ਼ੀਲੈਂਡ ਲੇਬਰ ਦੀ ਕਾਰਟ ਨੂੰ ਪੂਰਾ ਕਰਨ ਲਈ ਹਜ਼ਾਰਾਂ ਵੱਧੂ ਕਾਮਯਾਬੀ ਨਿਯੁਕਤੀ ਕਰਨ ਲਈ ਆਪਣੇ ਇਮੀਗ੍ਰੇਸ਼ਨ ਨਿਯਮਾਂ ਵਿੱਚ ਅਸਥਾਈ ਬਦਲਾਅ ਕਰੇਗਾ ਇਸ ਲਈ ਵਰਕਿੰਗ ਹੌਲੀਡੇ ਸਕੀਮ ਤਿਆਰ ਕੀਤੀ ਗਈ ਹੈ ਕੁਝ ਸਮੁੰਦਰੀ ਕਿਨਾਰੇ ਵਰਕਿੰਗ ਹੌਲੀਡੇ ਮੇਕਰਸ ਦੇ ਵੀਜ਼ੇ ਦੀ 6 ਮਹੀਨਿਆਂ ਲਈ ਵਾਦਾ ਦਿੱਤੇ ਜਾਣਗੇ ਕਿਉਂਕਿ ਕਾਰੋਬਾਰ ਸਟਾਫ ਦੀ ਕਮੀ ਨਾਲ ਜੂਝ ਰਹੇ ਹਨ ਕਾਮਯਾਦੀ ਕਮੀ ਇੱਕ ਵਿਸ਼ਵ ਵਿਆਪੀ ਰੁਝਾਨ ਦਾ ਹਿੱਸਾ ਹੈ ਜਿਸ ਨੇ ਨਿਊਜ਼ੀਲੈਂਡ ਵਿੱਚ ਮਜ਼ਦੂਰੀ ਵਿਦੌਂਡ ਵਿੱਚ ਮਦਦ ਕੀਤੀ ਹੈ ਇਸ ਦੇ ਨਾਲ ਹੀ ਕੇਂਦਰੀ ਬੈਂਕ ਦੁਆਰਾ ਮਹਿੰਗਾਈ ਤੇ ਲੜਾਈ ਲਈ ਇੱਕ ਚੁਣੌਤੀ ਪੇਸ਼ ਕੀਤੀ ਹੈ ਜਿਸ ਨੇ ਪਿਛਲੇ ਹਫਤੇ ਸਤੰਬਰ 2015 ਤੋਂ ਬਾਅਦ ਸਭ ਤੋਂ ਵੱਧ ਵਿਆਜ ਦਰਾਂ ਨੂੰ ਵਧਾ ਦਿੱਤਾ ਇਮੀਗ੍ਰੇਸ਼ਨ ਮੰਤਰੀ ਮਾਈਕਲ ਵੁੱਡ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਉਪਾਅ ਉਨ੍ਹਾਂ ਕਾਰੋਬਾਰਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਬਾਰੇ ਹਨ ਜੋ ਵਿਸ਼ਵ ਵਿਆਪੀ ਕਾਮਯਾਦੀ ਘਾਟ ਨਾਲ ਸਭ ਤੋਂ ਵੱਧ ਪ੍ਰਭਾਵਿਤ ਹਨ ਹੋਰ ਕਦਮਾਂ ਵਿੱਚ ਬਜ਼ੁਰਗ ਦੀ ਦੇਖਭਾਲ ਉਸਾਰੇ ਅਤੇ ਬੁਨਿਆਦੀ ਟਾਂਚਾ ਮੀਟ ਪ੍ਰੋਸੈਸਿੰਗ ਸਮੁੰਦਰੀ ਭੋਜਨ ਅਤੇ ਸਹਾਸੀ ਸੈੱਟ ਸਪਾਟਾ ਵਰਗੇ ਖੇਤਰਾਂ ਵਿੱਚ ਹੁਨਰਮੰਦ ਪ੍ਰਵਾਸੀਆਂ ਲਈ ਉਜਰਤ ਨੀਮਾ ਵਿੱਚ ਟੈਲ ਸ਼ਾਮਿਲ ਹੈ ਉਹਨਾਂ ਨੇ ਕਿਹਾ ਕਿ ਹੁਨਰ ਦੇ ਪਧਰਾਂ ਅਤੇ ਸੈਕਟਰਾਂ ਵਿੱਚ ਕਰਮਚਾਰੀਆਂ ਦੀਆਂ ਚੁਣੌਤੀਆਂ ਨੂੰ ਦੇਖਿਆ ਜਾ ਰਿਹਾ ਹੈ ਅਤੇ ਨਿਊਜ਼ੀਲੈਂਡ ਇਸ ਵਿੱਚ ਇਕੱਲਾ ਨਹੀਂ ਹੈ ਏ ਉਪਾ ਉਦੋਂ ਆਉਂਦੇ ਹਨ ਜਦੋਂ ਦੂਜੀ ਤਿਮਾਹੀ ਵਿੱਚ ਬੇਰੋਜ਼ਗਾਰੀ ਦੀ ਦਰ 3.10% ਤੇ ਸੀ ਜਦੋਂ ਉਜਰਤਾਂ ਵੀ ਸਾਲ ਤੇ 3.4% ਵਧਸਨ ਜੋ 14 ਸਾਲ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਸਨ ਪਿਛਲੇ ਹਫਤੇ ਨਿਊਜ਼ੀਲੈਂਡ ਦੇ ਰਿਜ਼ਰਵ ਬੈਂਕ ਨੇ ਮਹਿੰਗਾਈ ਤੇ ਲਗਾਮ ਲਗਾਉਣ ਲਈ ਲਗਾਤਾਰ ਸੱਤਵੇਂ ਵਾਧੇ ਵਿੱਚ ਅਧਿਕਾਰਿਤ ਨਗਦ ਦਰ ਨੂੰ 50 ਅੰਕ ਵਧਾ ਕੇ 3.0% ਕਰ ਦਿੱਤਾ ਹੈ ਅਮਰੀਕਾ ਯੂਕਰੇਨ ਨੂੰ ਹਥਿਆਰਾਂ ਦਾ ਇੱਕ ਹੋਰ ਪੈਕੇਜ ਦੇਵੇਗਾ ਜਿਸ ਵਿੱਚ ਲੰਬੀ ਦੂਰੀ ਤੱਕ ਮਾਰ ਕਰਨ ਵਾਲੀਆਂ ਤੋਪਾਂ ਦੇ ਗੋਲੇ ਵੀ ਸ਼ਾਮਿਲ ਹੋਣਗੇ ਅਮਰੀਕਾ ਦੀਆਂ ਅਖਬਾਰਾਂ ਵਿੱਚ ਖੇਪੀ ਰਿਪੋਰਟਰ ਅਨੁਸਾਰ ਇਹ ਖੁਲਾਸਾ ਪੈਂਟਾਗਨ ਦੁਆਰਾ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਤਹਿਤ ਆਪਣਾ ਨਾਂ ਗੁਪਤ ਰੱਖਦਿਆਂ ਵਿਭਾਗ ਨਾਲ ਜੁੜੇ ਇੱਕ ਸੀਨੀਅਰ ਅਧਿਕਾਰੀ ਨੇ ਕੀਤਾ ਇਸ ਸੀਨੀਅਰ ਅਧਿਕਾਰੀ ਅਨੁਸਾਰ 77.50 ਕਰੋੜ ਡਾਲਰ ਦੇ ਇਸ ਪੈਕੇਜ ਵਿੱਚ ਰੂਸੀ ਫੌਜ ਨੂੰ ਅੱਗੇ ਵਧਣ ਤੋਂ ਰੋਕਣ ਲਈ ਤੋਪਖਾਨੇ ਦੇ ਉੱਚ ਗਤੀਸ਼ੀਲਤਾ ਵਾਲੇ ਰਾਕਟ ਸਿਸਟਮ ਜਾਂ ਹਿਮਾਰਤ ਸਿਸਟਮ ਲਈ ਬਾਰੂਦ ਵੀ ਸ਼ਾਮਿਲ ਹੈ ਜਿਸ ਨੂੰ ਯੂਕਰੇਨੀ ਫੋਰਸਾਂ ਪਹਿਲਾਂ ਹੀ ਵਰਤ ਰਹੀਆਂ ਹਨ ਯੂਕਰੇਨੀ ਫੋਰਸਾਂ ਰੂਸੀ ਫੌਜਾਂ ਦੀਆਂ ਚੌਕੀਆਂ ਨੂੰ ਤਬਾਹ ਕਰਨ ਲਈ 40 ਮੀਲ ਤੋਂ ਵੱਧ ਮਾਰ ਕਰਨ ਵਾਲੇ ਰਾਕਟ ਵਰਜ਼ ਰਹੀਆਂ ਹਨ ਇਸ ਅਧਿਕਾਰੀ ਅਨੁਸਾਰ ਰੂਸੀ ਫੌਜਾਂ ਇਸ ਸਾਲ ਫਰਵਰੀ ਵਿੱਚ ਅੱਗੇ ਵਧਨੀਆਂ ਸ਼ੁਰੂ ਹੋਈਆਂ ਸਨ ਜੋ ਇਸ ਸਮੇਂ ਰੁਕ ਗਈਆਂ ਹਨ ਯੂਕਰੇਨੀ ਹਮਲੇ ਰੂਸ ਦੇ ਹਮਲੇ ਦੀ ਤੀਬਰਤਾ ਨੂੰ ਕਮਜ਼ੋਰ ਕਰ ਰਹੀਆਂ ਹਨ ਪਰੰਤੂ ਅਜੇ ਵੀ ਬਹੁਤ ਸਾਰਾ ਇਲਾਕਾ ਰੂਸ ਦੇ ਕਬਜ਼ੇ ਹੇਠ ਹੈ ਜਿਸ ਨੂੰ ਯੂਕਰੇਨੀ ਫੋਰਸਾਂ ਛੁਡਾਉਣ ਲਈ ਆਪਣੀ ਪੂਰੀ ਵਾਹ ਲਾ ਰਹੀਆਂ ਹਨ ਇਸ ਪੈਕੇਜ ਤਹਿਤ ਅਮਰੀਕਾ ਯੂਕਰੇਨ ਨੂੰ ਡਰਨ ਰਵਾਇਤੀ ਤੋਪਖਾਨੇ ਦਾ ਅਸਲਾ ਤੇ ਰੂਸੀ ਫੌਜ ਵੱਲੋਂ ਸੜਕਾਂ ਉੱਪਰ ਵਿਛਾਈਆਂ ਗਈਆਂ ਬਾਰੂਦੀ ਸੁਰੰਗਾਂ ਤੋਂ ਬਚਣ ਲਈ ਗੱਡੀਆਂ ਵੀ ਦਵੇਗਾ 2014 ਤੋਂ ਬਾਅਦ ਅਮਰੀਕਾ ਯੂਕਰੇਨ ਨੂੰ 12.6 ਅਰਬ ਡਾਲਰ ਦੀ ਫੌਜੀ ਮਦਦ ਦੇ ਚੁੱਕਾ ਹੈ ਜਿਸ ਵਿੱਚੋਂ ਪਿਛਲੇ 1 ਸਾਲ ਵਿੱਚ ਹੀ ਅਮਰੀਕਾ ਨੇ ਯੂਕਰੇਨ ਨੂੰ 10 ਅਰਬ ਡਾਲਰ ਦੇ ਹਥਿਆਰ ਦਿੱਤੇ ਹਨ ਭਾਰਤ ਵੱਲੋਂ ਚੀਨ ਨਾਲ ਅਸਲ ਕੰਟਰੋਲ ਰੇਖਾ ਐਲ ਐ ਸੀ ਦੇ ਸਮੁੱਚੇ ਖੇਤਰ ਦੀ ਨਿਗਰਾਨੀ ਲਈ ਤਿੰਨ ਅਰਬ ਅਮਰੀਕੀ ਡਾਲਰ ਕਰੀਬ 24000 ਕਰੋੜ ਰੁਪਏ ਦੇ ਅਮਰੀਕਾ ਤੋਂ ਖਰੀਦੇ ਜਾਣ ਵਾਲੇ MQ98 ਪ੍ਰੀਡੇਟਰ ਹਥਿਆਰਬੰਦ ਡਰੋਨ ਬਾਰੇ ਗੱਲਬਾਤ ਅਹਿਮ ਪੜਾਅ ਵਿੱਚ ਪਹੁੰਚ ਚੁੱਕੀ ਹੈ ਇਸ ਪ੍ਰਗਤੀ ਤੋਂ ਜਾਣੂ ਲੋਕਾਂ ਵੱਲੋਂ ਐਤਵਾਰ ਨੂੰ ਦੱਸਿਆ ਕਿ ਸੈਨਾ ਦੀਆਂ ਤਿੰਨੇ ਸੇਵਾਵਾਂ ਲਈ ਲੰਮੇ ਸਮੇਂ ਤੋਂ ਮਾਰੂ ਸ਼ਿਕਾਰੀ ਡਰੋਨਾਂ ਦੀ ਖਰੀਦ ਕੀਤੀ ਜਾ ਰਹੀ ਹੈ ਕਿਉਂਕਿ ਇਹ ਸਮੁੰਦਰੀ ਨਿਗਰਾਨੀ ਪਣ ਡੋਬੀ ਰੋਕੂ ਯੁੱਧ ਦਿਸ ਹਿਦੇ ਹੋਰੀਜ਼ਨ ਨੂੰ ਨਿਸ਼ਾਨਾ ਬਣਾਉਣ ਤੇ ਜ਼ਮੀਨੀ ਟੀਚਿਆਂ ਨੂੰ ਪ੍ਰਾਪਤ ਕਰਨ ਨਿਸ਼ਾਨਾ ਸੇਧਣ ਸਮੇਤ ਕਈ ਤਰ੍ਹਾਂ ਦੀਆਂ ਅਹਿਮ ਭੂਮਿਕਾ ਨਿਭਾਉਦੇ ਹਨ ਜ਼ਿਕਰਯੋਗ ਹੈ ਕਿ MQ98 ਡਰੋਨ MQ9 ਰੀਪਰ ਦਾ ਇੱਕ ਰੂਪ ਹੈ ਜਿਸ ਨਾਲ ਬੀਤੇ ਮਹੀਨੇ ਕਾਬੁਲ ਅੰਦਰ ਅਲ ਕਾਇਦਾ ਆਗੂ ਅਲ ਜ਼ੁਹਰੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਰੱਖਿਆ ਵਿਵਸਥਾ ਦੇ ਅਧਿਕਾਰਿਤ ਸੂਤਰਾਂ ਦਾ ਕਹਿਣਾ ਹੈ ਕਿ ਨਵੀਂ ਦਿੱਲੀ ਤੇ ਵਾਸ਼ਿੰਗਟਨ ਦਰਮਿਆਨ ਅਮਰੀਕੀ ਰੱਖਿਆ ਪ੍ਰਮੁੱਖ ਜਨਰਲ ਐਟੋਮਿਕਸ ਦੁਆਰਾ ਨਿਰਮਿਤ ਇਹਨਾਂ ਡਰੋਨਾਂ ਦੀ ਸਰਕਾਰੀ ਦਰ ਸਰਕਾਰੀ ਖਰੀਦ ਲਈ ਗੱਲਬਾਤ ਅਹਿਮ ਪੜਾਤੇ ਚੱਲ ਰਹੀ ਹੈ ਇਸ ਦੀ ਪੁਸ਼ਟੀ ਕਰਦਿਆਂ ਜਨਰਲ ਐਟੋਮਿਕਸ ਗਲੋਬਲ ਕਾਰਪੋਰੇਸ਼ਨ ਦੀ ਮੁੱਖ ਕਾਰਜਕਾਰੀ ਅਧਿਕਾਰੀ ਡਾਕਟਰ ਵਿਵੇਕ ਲਾਲ ਨੇ ਪੀਟੀਆਈ ਨੂੰ ਦੱਸਿਆ ਕਿ ਇਹਨਾਂ ਡਰੋਨਾਂ ਦੀ ਖਰੀਦ ਬਾਰੇ ਦੋਹਾਂ ਸਰਕਾਰਾਂ ਵਿਚਕਾਰ ਗੱਲਬਾਤ ਅਹਿਮ ਪੜਾ ਐਡਵਾਂਸ ਸਟੇਜ ਤੇ ਚੱਲ ਰਹੀ ਹੈ ਇਹ ਮਾਰੂ ਸ਼ਿਕਾਰੀ ਡਰੋਨ ਤਿੰਨੋਂ ਸੈਨਾਵਾਂ ਲਈ ਖਰੀਦੇ ਜਾ ਰਹੇ ਹਨ ਉੱਚ ਸਮਰੱਥਾ ਤੇ ਲੰਮੀ ਸਹਾਰਨ ਸ਼ਕਤੀ ਵਾਲੇ ਇਹ ਡਰੋਨ 35 ਘੰਟਿਆਂ ਤੋਂ ਵੱਧ ਸਮੇਂ ਤੱਕ ਹਵਾ ਵਿੱਚ ਰਹਿਣ ਦੇ ਸਮਰਥ ਹਨ ਅਤੇ ਚਾਰ ਹੈਲੀਕਾਪਟਰ ਮਿਜ਼ਾਈਲਾਂ ਤੇ ਲਗਭਗ 450 ਕਿਲੋਗ੍ਰam ਦੇ ਬੰਬ ਲੈ ਜਾ ਸਕਦੇ ਹਨ ਐਮਕਿਊ 98 ਦੇ ਦੋ ਰੂਪ ਸਕਾਈ ਗਾਰਡੀਅਨ ਤੇ ਇਸੇ ਪਰਿਵਾਰ ਦਾ ਸੀ ਗਾਰਡੀਅਨ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀਨ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਰਕਾਰਾਂ ਨੂੰ ਤਿੱਖਾ ਸਵਾਲ ਕੀਤਾ ਤਾਮੀਨ ਨੇ ਕਿਹਾ ਕਿ ਜੇਕਰ ਗੁਜਰਾਤ ਅਤਿਆਚਾਰ ਸਮੇਂ ਬਿਲਕਿਸ ਬਾਨੋ ਜ਼ਬਰ ਜ਼ਨਾਹ ਕੇ ਇਸ ਵਿੱਚ ਸਜ਼ਾ ਭੁਗਤ ਰਹੇ ਦੋਸ਼ੀਆਂ ਨੂੰ ਛੱਡਣ ਦਾ ਫੈਸਲਾ ਕੀਤਾ ਜਾ ਸਕਦਾ ਹੈ ਤਾਂ ਫਿਰ ਉਮਰ ਕਹਤੋਂ ਦੁਗਣੀਆਂ ਸਜ਼ਾਵਾਂ ਭੁਗਤਣ ਵਾਲੇ ਸਿੱਖਾਂ ਨੂੰ ਰਿਹਾ ਕਿਉਂ ਨਹੀਂ ਕੀਤਾ ਜਾ ਸਕਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਸਰਕਾਰਾਂ ਪੱਖਪਾਤ ਵਾਲੀ ਨੀਤੀ ਅਪਣਾ ਰਹੀਆਂ ਹਨ ਇੱਕ ਪਾਸੇ ਜਬਰ ਜ਼ਨਾਹ ਵਰਗੇ ਗੰਭੀਰ ਤੇ ਸਮਾਜ ਦੇ ਨਾਂ ਤੇ ਤੱਬਾ ਕਹੇ ਜਾਂਦੇ ਅਪਰਾਧ ਜਬਰ ਜ਼ਨਾਹ ਦੇ ਦੋਸ਼ੀ ਸਰਕਾਰਾਂ ਵੱਲੋਂ ਹਮਦਰਦੀ ਭਰੀ ਭਾਵਨਾ ਨਾਲ ਛੱਡ ਦਿੱਤੇ ਜਾਂਦੇ ਹਨ ਦੂਜੇ ਪਾਸੇ ਸਿੱਖ ਬੰਦੀਆਂ ਨੂੰ ਤਿੰਨ ਤਿੰਨ ਧਾਕਿਆਂ ਤੋਂ ਜੇਲ੍ਹਾਂ ਵਿੱਚ ਕਾਲ ਕੋਠੜੀਆਂ ਵਿੱਚ ਬੰਦ ਰੱਖਿਆ ਹੋਇਆ ਹੈ ਕੀ ਇਸ ਤਰ੍ਹਾਂ ਕਰਕੇ ਸਾਡੇ ਦੇਸ਼ ਦੀਆਂ ਸਰਕਾਰਾਂ ਘੱਟ ਗਿਣਤੀਆਂ ਨੂੰ ਜਾਣਬੁੱਝ ਕੇ ਦਬਾ ਨਹੀਂ ਰਹੀਆਂ ਐਡਵੋਕੇਟ ਧਾਮੀ ਨੇ ਇਸ ਪੱਖਪਾਤ ਨੂੰ ਭਾਰਤੀ ਸੰਵਿਧਾਨ ਦੇ ਉਲੰਘਣ ਦੇ ਨਾਲ-ਨਾਲ ਮਨੁੱਖੀ ਅਧਿਕਾਰਾਂ ਦੀ ਵੀ ਹੱਤਿਆ ਘਰਾੜ ਦਿੱਤਾ ਉਹਨਾਂ ਕਿਹਾ ਕਿ ਅਜਿਹਾ ਤੱਕਾ ਅਤੇ ਪੱਖਪਾਤ ਠੀਕ ਨਹੀਂ ਹੈ ਅਤੇ ਸਰਕਾਰਾਂ ਨੂੰ ਇਸ ਮਾਮਲੇ ਤੇ ਸੰਜੀਦਾ ਵਿਚਾਰ ਦੀ ਲੋੜ ਹੈ ਐਡਵੋਕੇਟ ਧਾਮੀ ਨੇ ਪਾਰ ਸਰਕਾਰ ਨੂੰ ਸਭ ਲਈ ਇੱਕੋ ਜਹੀ ਨੀਤੀ ਅਪਣਾਉਣ ਲਈ ਨੇਕ ਦਲੀਦਾਰਨ ਕਰਨ ਦੀ ਸਲਾਹ ਦਿੱਤੀ ਹੈ ਅਤੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕਰਨ ਲਈ ਆਖਿਆ ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੁੜੇਲ ਜੇਲ੍ਹ ਵਿੱਚ ਬੰਦ ਪਾਈ ਲਖਵਿੰਦਰ ਸਿੰਘ ਨੂੰ ਆਪਣੀ ਭੁਖ ਹੜਤਾਲ ਖਤਮ ਕਰਨ ਦੀ ਅਪੀਲ ਵੀ ਕੀਤੀ ਹੈ ਉਨਾ ਆਖਿਆ ਕਿ ਸਿੱਖ ਧਰਮ ਅੰਦਰ ਭੁਖ ਹੜਤਾਲ ਨੂੰ ਕੋਈ ਥਾਂ ਨਹੀਂ ਹੈ ਇਸ ਲਈ ਉਹ ਆਪਣੀ ਜ਼ਿੱਦ ਛੱਡ ਦੇਣ ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਬੰਦੀ ਸਿੰਘਾਂ ਨੂੰ ਇਨਸਾਫ ਦਿਵਾਉਣ ਲਈ ਯਤਨਸ਼ੀਲ ਹੈ ਅਤੇ ਹਮੇਸ਼ਾ ਰਹੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁਹਾਲੀ ਦੌਰੇ ਤੋਂ ਪਹਿਲਾਂ ਪੰਜਾਬ ਵਿੱਚ ਅਤਵਾਦੀ ਹਮਲੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਖੁਫੀਆ ਏਜੰਸੀਆਂ ਦੇ ਮੁਤਾਬਕ ਪਾਕਿਸਤਾਨ ਦੀ ਖੁਫੀਆ ਏਜੰਸੀ ISI ਚੰਡੀਗੜ੍ਹ ਅਤੇ ਮੁਹਾਲੀ ਨੂੰ ਦਹਿਲਾਉਣ ਦੀ ਤਾਕ ਵਿੱਚ ਹੈ ਖੁਫੀਆ ਇਨਪੁਟ ਮੁਤਾਬਕ ਅੱਤਵਾਦੀ ਕਿਸੇ ਬੱਸ ਸਟੈਂਡ ਨੂੰ ਨਿਸ਼ਾਨਾ ਬਣਾ ਸਕਦੇ ਨੇ ਕੇਂਦਰੀ ਖੁਫੀਆ ਏਜੰਸੀਆਂ ਨੇ ਪੰਜਾਬ ਸਰਕਾਰ ਨੂੰ ਇਨਪੁਟ ਭੇਜਿਆ ਹੈ ਕਿ ਮੁਹਾਲੀ ਅਤੇ ਚੰਡੀਗੜ੍ਹ ਵਿੱਚ ਅੱਤਵਾਦੀ ਕਿਸੇ ਸਮੇਂ ਵੀ ਕੋਈ ਅੱਤਵਾਦੀ ਹਮਲਾ ਕਰ ਸਕਦੇ ਨੇ ਜਿਸ ਦੇ ਲਈ ਉਹ ਕਿਸੇ ਬੱਸ ਸਟੈਂਡ ਨੂੰ ਨਿਸ਼ਾਨਾ ਬਣਾ ਸਕਦੇ ਨੇ ਕੇਂਦਰੀ ਖੁਫੀਆ ਏਜੰਸੀਆਂ ਦੇ ਇਨਪੁਟ ਮਿਲਦੇ ਆਏ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਨੂੰ ਲੈ ਕੇ ਚੌਕਸੀ ਵਧਾ ਦਿੱਤੀ ਗਈ ਅਤੇ ਪੁਖਤਾ ਇੰਤਜ਼ਾਮਾਂ ਨੂੰ ਲੈ ਕੇ ਪਲਾਨਿੰਗ ਸ਼ੁਰੂ ਕਰ ਦਿੱਤੀ ਗਈ ਹੈ ਦਰ اصل ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਗਸਤ ਨੂੰ ਮੁਹਾਲੀ ਦੇ ਮੁੱਲਾਪੁਰ ਵਿਖੇ ਆ ਰਹੇ ਨੇ ਜਿੱਥੇ ਉਹ ਟਾਟਾ ਕੈਂਸਰ ਹਸਪਤਾਲ ਦਾ ਉਦਘਾਟਨ ਕਰਨਗੇ ਖੂਫੀਆ ਇਨਪੁਟ ਨੂੰ ਦੇਖਦਿਆਂ ਸੁਰੱਖਿਆ ਬਲਾਂ ਨੂੰ ਅਲਰਟ ਕਰ ਦਿੱਤਾ ਗਿਆ ਜਿਸ ਮਗਰੋਂ ਚੰਡੀਗੜ੍ਹ ਅਤੇ ਮੁਹਾਲੀ ਵਿੱਚ ਸਖਤੀ ਵਧਾ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਵਕ-ਵਕ ਥਾਵਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਲੁਧਿਆਣਾ ਦੇ ਕੇਂਦਰੀ ਜੇਲ੍ਹ ਵਿੱਚ ਸਮੇਂ-ਸਮੇਂ ਤੇ ਸਰਚ ਮਹਿੰਮ ਦੌਰਾਨ ਮੋਬਾਈਲ ਨਸ਼ਾ ਤੇ ਹੋਰ ਇਤਰਾਜ਼ਯੋਗ ਸਮਾਨ ਬਰਾਮਦ ਹੋਣ ਦਾ سلسلہ ਲਗਾਤਾਰ جاری ਹੈ ਇਸ ਦੇ ਮੱਦੇਨਜ਼ਰ 21 ਦਿਨਾਂ ਵਿੱਚ ਜੇਲ੍ਹ ਅੰਦਰੋਂ 24 ਮੋਬਾਈਲ ਬਰਾਮਦ ਹੋ ਚੁੱਕੇ ਨੇ ਜੇਲ੍ਹ ਵਿੱਚ CRPF ਹੋਮਗਾਰਡ ਪੰਜਾਬ ਪੁਲਿਸ ਤੋਂ ਇਲਾਵਾ ਕਈ ਸੁਰੱਖਿਆ ਬਲਾਂ ਦੀਆਂ ਕੰਪਨੀਆਂ ਤਾਇਨਾਤ ਹਨ ਇਸ ਦੇ ਬਾਵਜੂਦ ਵੀ ਕੈਦੀਆਂ ਹਵਾਲਾਤਿਆਂ ਅਤੇ ਬਾਹਰ ਕਾਂ ਤੱਕ ਮੋਬਾਈਲ ਕਿਸ ਤਰੀਕੇ ਪਹੁੰਚ ਰਹੇ ਨੇ ਇਹ ਬਹੁਤ ਹੀ ਗੰਭੀਰ ਵਿਸ਼ਾ ਹੈ ਪੰਜਾਬ ਦੇ ਜੇਲ੍ਹ ਮੰਤਰੀ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ 6 ਮਹੀਨਿਆਂ ਦੇ ਅੰਦਰ ਜੇਲ੍ਹਾਂ ਨੂੰ ਫੋਨ ਮੁਕਤ ਕੀਤਾ ਜਾਵੇਗਾ ਪਰ ਲੱਗਦਾ ਹੈ ਕਿ ਇਸ ਲਈ ਬਹੁਤ ਜ਼ਿਆਦਾ ਸਮਾਂ ਲੱਗ ਜਾਵੇਗਾ ਕੇਂਦਰੀ ਜੇਲ੍ਹ ਵਿੱਚ ਪਾਰੀ ਪੁਲਿਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਅਤੇ ਹਰ ਥਾਂ ਤੇ ਸੀਸੀਟੀਵੀ ਵੀ ਕੈਮਰੇ ਵੀ ਲਗਾਏ ਗਏ ਨੇ ਇਸ ਦੇ ਬਾਵਜੂਦ ਵੀ ਜੇਲ੍ਹਾਂ ਅੰਦਰੋਂ ਫੋਨ ਬਰਾਮਦ ਹੋ ਰਹੇ ਨੇ ਜੋ ਕਿ ਪ੍ਰਸ਼ਾਸਨ ਦੀ ਨਲਾਈ ਕੀ ਸਾਬਤ ਹੋ ਰਹੀ ਹੈ ਦੇਸ਼ ਦੀਆਂ ਯੂਨੀਵਰਸਿਟੀਆਂ ਅਤੇ ਉੱਚ ਵਿਦਿਅਕ ادارے ਹੁਣ ਆਪਣੇ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਵਿੱਚ ਵਿਦੇਸ਼ੀ ਵਿਦਿਆਰਥੀਆਂ ਲਈ 25% ਵਾਧੂ ਸੀਟਾਂ ਰੱਖ ਸਕਣਗੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਮੁਤਾਬਕ ਵਿਦੇਸ਼ੀ ਵਿਦਿਆਰਥੀਆਂ ਨੂੰ ਹੁਣ ਭਾਰਤ ਵਿੱਚ ਦਾਖਲਿਆਂ ਲਈ ਪ੍ਰਵੇਸ਼ ਪ੍ਰੀਖਿਆ ਵੀ ਨਹੀਂ ਦੇਣੀ ਪਵੇਗੀ UGC ਨੇ ਪਿਛਲੇ ਹਫਤੇ ਮੀਟਿੰਗ ਕਰਕੇ ਇਸ ਬਾਰੇ ਫੈਸਲਾ ਲਿਆ ਵਾਧੂ ਸੀਟਾਂ ਤੈ ਸੀਟਾਂ ਨਾਲੋਂ ਵਕਰੀਆਂ ਹੋਣ ਗਿਆ ਅਤੇ ਇਨ੍ਹਾਂ ਸੀਟਾਂ ਦਾ ਫੈਸਲਾ ਸਬੰਧਤ ਉੱਚ ਵਿਦਿਅਕ ਅਦਾਰਿਆਂ ਵੱਲੋਂ ਤੈਅ ਮਾਪਦੰਡਾ ਮੁਤਾਬਕ ਲਿਆ ਜਾਵੇਗਾ ਯੂਜੀਸੀ ਦੇ ਚੇਅਰਮੈਨ ਜਗਦੀਸ਼ ਕੁਮਾਰ ਨੇ ਦੱਸਿਆ ਕਿ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਲਈ ਉੱਚ ਵਿਦਿਅਕ ਅਦਾਰੇ ਪਾਰਦਰਸ਼ੀ ਪ੍ਰਕਿਰਿਆ ਅਪਣਾ ਸਕਦੇ ਹਨ ਵਿਦੇਸ਼ੀ ਵਿਦਿਆਰਥੀਆਂ ਲਈ ਤੈਅ ਕੀਤੀਆਂ ਗਈਆਂ ਵਾਧੂ ਸੀਟਾਂ ਤੇ ਐਕਸਚੇਂਜ ਪ੍ਰੋਗਰਾਮ ਤਹਿਤ ਆਉਣ ਵਾਲੇ ਕੋ ਮੰਤਰੀ ਵਿਦਿਆਰਥੀਆਂ ਦਾ ਕੋਈ ਹੱਕ ਨਹੀਂ ਹੋਵੇਗਾ ਇੱਕ ਅਧਿਕਾਰੀ ਨੇ ਸਪਸ਼ਟ ਕੀਤਾ ਕਿ ਜੇਕਰ ਵਿਦੇਸ਼ੀ ਵਿਦਿਆਰਥੀਆਂ ਲਈ ਰੱਖੀਆਂ ਗਈਆਂ ਸੀਟਾਂ 'ਚੋਂ ਕੋਈ ਸੀਟ ਖਾਲੀ ਰਹਿ ਜਾਂਦੀ ਹੈ ਤਾਂ ਉਹ ਕਿਸੇ ਹੋਰ ਨੂੰ ਅਲਾਟ ਨਹੀਂ ਕੀਤੀ ਜਾ ਸਕੇਗੀ। ਕਿਸਾਨ ਆਗੂ ਰਕੇਸ਼ ਤਕੈਤ ਨੂੰ ਐਤਵਾਰ ਨੂੰ ਦਿੱਲੀ ਪੁਲਿਸ ਨੇ ਦੇਸ਼ ਵਿੱਚ ਬੇਰੋਜ਼ਗਾਰੀ ਖਿਲਾਫ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ ਰਾਸ਼ਟਰੀ ਰਾਜਸਥਾਨੀ ਵਿੱਚ ਦਾਖਲ ਹੁੰਦੇ ਸਮੇਂ ਹਿਰਾਸਤ ਵਿੱਚ ਲੈ ਲਿਆ। ਦਿੱਲੀ ਪੁਲਿਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਤਕੈਤ ਨੂੰ ਗਾਜ਼ੀਪੁਰ ਵਿੱਚ ਉਦੋਂ ਰੋਕਿਆ ਗਿਆ ਜਦੋਂ ਉਹ ਜੰਤਰ ਮੰਤਰ ਜਾ ਰਹੇ ਸਨ ਉਹਨਾਂ ਕਿਹਾ ਇਸ ਤੋਂ ਬਾਅਦ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਮਧੂ ਵਿਹਾਰ ਪੁਲਿਸ ਥਾਣੇ ਲਿਜਾਇਆ ਗਿਆ ਜਿੱਥੇ ਪੁਲਿਸ ਨੇ ਉਹਨਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਵਾਪਸ ਜਾਣ ਦੀ ਅਪੀਲ ਕੀਤੀ ਭਾਰਤੀ ਕਿਸਾਨ ਸੰਘ ਬੀਕੇਯੂ ਦੇ ਰਾਸ਼ਟਰੀ ਬੁਲਾਰੇ ਅਤੇ ਸੰਯੁਕਤ ਕਿਸਾਨ ਮੋਰਚਾ एसकेएम ਦੇ ਇੱਕ ਪ੍ਰਮੁੱਖ ਚਿਹਰੇ ਤਕੈਤ ਨੇ ਦੋਸ਼ ਲਗਾਇਆ ਕਿ ਦਿੱਲੀ ਪੁਲਿਸ ਕੇਂਦਰ ਦੇ ਇਸ਼ਾਰੇ ਤੇ ਕੰਮ ਕਰ ਰਹੀ ਹੈ ਤਕੈਤ ਨੇ ਟਵੀਟ ਕਰਕੇ ਕਿਹਾ ਸਰਕਾਰ ਦੇ ਇਸ਼ਾਰੇ ਤੇ ਕੰਮ ਕਰ ਰਹੀ ਦਿੱਲੀ ਪੁਲਿਸ ਕਿਸਾਨਾਂ ਦੀ ਆਵਾਜ਼ ਦਬਾ ਨਹੀਂ ਸકી ਇੱਕ ਗ੍ਰਿਫਤਾਰੀ ਇੱਕ ਨਵੀਂ ਕ੍ਰਾਂਤੀ ਲਿਆਵੇਗੀ ਇਹ ਸੰਘਰਸ਼ ਅੰਤਿਮ ਸਾਹ ਤੱਕ ਜਾਰੀ ਰਹੇਗਾ ਨਾ ਰੁਕਾਂਗਾ ਨਾ ਥਕਾਂਗਾ ਨਾ ਝੁਕਾਂਗਾ ਦਿੱਲੀ ਦੇ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਗੋਪਾਲ ਰਾਏ ਨੇ ਤਾਕਤ ਦੀ ਹਰਾਸਤ ਦੀ ਨਿੰਦਾ ਕੀਤੀ ਰਾਏ ਨੇ ਕਿਹਾ ਕਿਸਾਨ ਅਗੂ ਰਕੇਸ਼ ਤਾਕਤ ਰੋਜ਼ਗਾਰ ਅੰਦੋਲਨ ਲਈ ਜਾ ਰਹੇ ਸਨ ਪਰ ਪੁਲਿਸ ਨੇ ਉਹਨਾਂ ਨੂੰ ਸਰਹੱਦ ਤੇ ਹੀ ਰੋਕ ਲਿਆ ਇਹ ਬਹੁਤ ਹੀ ਨਿੰਦਨਯੋਗ ਹੈ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਮਐਸਪੀ ਤੇ ਹੋਰਨਾ ਬਕਾਇਆ ਮੰਗਾ ਨੂੰ ਲੈ ਕੇ ਮਹਾਪੰਚਾਇਤ ਦੇ ਦਿੱਤੇ ਸੱਦੇ ਤਹਿਤ ਇੱਥੇ ਜੰਤਰ ਮੰਤਰ ਤੇ ਹਜ਼ਾਰਾਂ ਕਿਸਾਨ ਪੁੱਜ ਗਏ ਹਨ ਦਿੱਲੀ ਪੁਲਿਸ ਵੱਲੋਂ ਕੀਤੇ ਸਖਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਮਹਾਪੰਚਾਇਤ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕਿਸਾਨ ਤੇ ਜਵਾਨ ਪਲਾਈ ਯੂਨੀਅਨ ਸਮੇਤ ਹਰਿਆਣਾ ਉੱਤਰ ਪ੍ਰਦੇਸ਼ ਕੇਰਲਾ ਆਦਿ ਰਾਜਾਂ ਤੋਂ ਕਿਸਾਨ ਯੂਨੀਅਨਾਂ ਦੇ ਕਰਕੁਨ ਪਹੁੰਚੇ ਹਨ ਉੰਜ ਜੰਤਰ ਮੰਤਰ ਤੇ ਤਜਵੀਜ਼ਤ ਮਹਾਪੰਚਾਇਤ ਤੋਂ ਪਹਿਲਾਂ ਗਾਜ਼ੀਪੁਰ ਬਾਰਡਰ ਤੇ ਵਾਹਨਾ ਦੀਆਂ ਲੰਮੀਆਂ ਕਤਾਰਾਂ ਵੇਖਣ ਨੂੰ ਮਿਲੀਆਂ ਹਨ ਮੋਰਚੇ ਦੇ ਆਗੂ ਨੇ ਦਾਅਵਾ ਕੀਤਾ ਕਿ ਕੁਝ ਟਿਕਾਣਿਆਂ ਤੇ ਜੰਤਰ ਮੰਤਰ ਵੱਲ ਵਧ ਰਹੇ ਕਿਸਾਨਾਂ ਨੂੰ ਰੋਕਿਆ ਗਿਆ ਹਾਲਾਂਕਿ ਪੁਲਿਸ ਨੇ ਇਹਨਾਂ ਦਾਅਵਿਆਂ ਨੂੰ ਖਾਰਜ ਕੀਤਾ ਮੋਰਚੇ ਦੇ ਆਗੂ ਤੇ ਮਹਾਪੰਚਾਇਤ ਦੇ ਪ੍ਰਬੰਧਕਾਂ ਵਿੱਚੋਂ ਇੱਕ ਅਭਿਮਨਿਉ ਸਿੰਘ ਕਿਹਾ ਇੱਕ ਦਿਨ ਦੀ ਮਹਾਪੰਚਾਇਤ ਸ਼ਾਂਤੀਪੂਰਵਕ ਢੰਗ ਨਾਲ ਕੀਤੇ ਜਾਣ ਵਾਲਾ ਸਮਾਗਮ ਹੈ ਜਿੱਥੇ ਅਸੀਂ ਐਮਐਸਪੀ ਦੀ ਕਾਨੂੰਨੀ ਗਾਰੰਟੀ ਤੇ ਬਿਜਲੀ ਸੋਧ ਬਿੱਲ 2022 ਨੂੰ ਰੱਦ ਕਰਨ ਸਮੇਤ ਆਪਣੀਆਂ ਹੋਰ ਬਕਾਇਆ ਮੰਗਾ ਦੁਹਰਾਵਾਂਗੇ ਗੋਹਾੜ ਨੇ ਕਿਹਾ ਕਿ ਪੰਜਾਬ ਹਰਿਆਣਾ ਤੇ ਉੱਤਰ ਪ੍ਰਦੇਸ਼ ਤੋਂ ਆ ਰਹੇ ਕਿਸਾਨਾਂ ਨੂੰ ਐਤਵਾਰ ਰਾਤ ਨੂੰ ਰੋਕਿਆ ਗਿਆ ਉਹਨਾਂ ਨੂੰ ਗੁਰਦੁਆਰਾ ਬੰਗਲਾ ਸਾਹਿਬ ਰਕਾਬ ਗੰਜ ਤੇ ਮੋਦੀ ਬਾਗ ਲਜਾਇਆ ਗਿਆ ਤੇ ਮਗਰੋਂ ਰਿਹਾ ਕਰ ਦਿੱਤਾ ਗਿਆ ਕਿਸਾਨ ਆਗੂ ਨੇ ਕਿਹਾ ਕਿ ਪੰਜਾਬ ਕਰਨਾਟਕ ਯੂਪੀ ਤੇ ਹਰਿਆਣਾ ਦੇ ਕੁਝ ਹਿੱਸਿਆਂ ਤੋਂ ਕਿਸਾਨ ਦਿੱਲੀ ਪੁੱਜ ਗਏ ਹਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸ਼ੋਧਿਆ ਨੇ ਅੱਜ ਦਾਅਵਾ ਕੀਤਾ ਕਿ ਪਾਜਪਾ ਨੇ ਉਹਨਾਂ ਤੱਕ ਪਹੁੰਚ ਕਰ دیا۔ ਪਾਰਟੀ ਵਿੱਚ ਸ਼ਾਮਿਲ ਹੋਣ ਦੀ ਸੂਰਤ ਵਿੱਚ ਉਨ੍ਹਾਂ ਖਿਲਾਫ ਸਾਰੇ ਕੇਸ ਬੰਦ ਕਰਨ ਦੀ ਪੇਸ਼ਕਸ਼ ਕੀਤੀ ਹੈ ਸਿਸੋਦੀਆ ਨੇ ਜ਼ੋਰ ਦੇ ਕੇ ਆਖਿਆ ਕਿ ਉਨ੍ਹਾਂ ਖਿਲਾਫ ਲੱਗੇ ਸਾਰੇ ਦੋਸ਼ ਝੂਠੇ ਹਨ ਤੇ ਉਹ ਸਾਜ਼ਿਸ਼ਕਾਰਾਂ ਤੇ ਪਰਛੜ ਲੋਕਾਂ ਅੱਗੇ ਨਹੀਂ ਚੁਕਣਗੇ ਕਾਬਿਲ ਗੌਰ ਹੈ ਕਿ ਸਿਸੋਦੀਆ ਉਨ੍ਹਾਂ 15 ਵਿਅਕਤੀਆਂ ਤੇ ਐਂਟੀਆਂ ਵਿੱਚ ਸ਼ਾਮਿਲ ਨੇ ਜਿੰਨਾਂ ਖਿਲਾਫ ਸੀਬੀਆਈ ਨੇ ਦਿੱਲੀ ਆਪਕਾਰੀ ਨੀਤੀ ਨੂੰ ਲਾਗੂ ਕਰਨ ਮੌਕੇ ਕਥਿਤ ਬੇਨਾਮੀਆ ਦੇ ਦੋਸ਼ ਵਿੱਚ ਐਫ ਆਈ ਆਰ ਦਰਜ ਕੀਤੀ ਹੈ ਸਿਸੋਧੀਆਂ ਨੇ ਕਿਹਾ ਮੈਨੂੰ ਭਾਜਪਾ ਵੱਲੋਂ ਸੁਨੇਹਾ ਮਿਲਿਆ ਹੈ ਆਪ ਛੱਡ ਦਿਓ ਤੇ ਭਾਜਪਾ ਵਿੱਚ ਸ਼ਾਮਲ ਹੋਵੋ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਸੀਬੀਆਈ ਤੇ ਈਡੀ ਵੱਲੋਂ ਤੁਹਾਡੇ ਖਿਲਾਫ ਦਰਜ ਸਾਰੇ ਕੇਸ ਵਾਪਸ ਲੈ ਜਾਣਗੇ ਉਪ ਮੁੱਖ ਮੰਤਰੀ ਨੇ ਹਿੰਦੀ ਵਿੱਚ ਕੀਤੇ ਟਵੀਟ 'ਚ ਕਿਹਾ ਮੈਂ ਮਹਾਰਾਣਾ ਪ੍ਰਤਾਪ ਦਾ ਵੰਸ਼ਜ ਤੇ ਰਾਜਪੂਤਾਂ ਮੈਂ ਆਪਣਾ ਸਿਰ ਕਟਵਾਉਣ ਲਈ ਤਿਆਰ ਹਾਂ ਪਰ 사ਜਿਸ਼ਕਾਰਾਂ ਤੇपृष्ठ ਲੋਕਾਂ ਅੱਗੇ ਨਹੀਂ ਝੁਕਾਂਗਾ ਮੇਰੇ ਖਿਲਾਫ ਦਰਜ ਕੇਸ ਝੂਟੇ ਹਨ ਤੁਸੀਂ ਜੋ ਕਰਨਾ ਹੈ ਕਰ ਲਵੋ ਪੰਜਾਬ ਵਿੱਚ ਹੁਣ ਲੰਪੀ ਵਾਇਰਸ ਨੂੰ ਲੈ ਕੇ ਹਾਲਾਤ ਹੋਰ ਵਿਗੜ ਗਏ ਹਨ ਸੂਬੇ ਵਿੱਚ ਹੁਣ ਤੱਕ 7000 ਤੋਂ ਵੱਧ ਪਸ਼ੂਆਂ ਦੀ ਇਨਫੈਕਸ਼ਨ ਕਾਰਨ ਮੌਤ ਹੋ ਚੁੱਕੀ ਹੈ 1 ਲੱਖ ਤੋਂ ਵੱਧ ਜਾਨਵਰਾਂ ਵਿੱਚ ਲਾਗ ਦੀ ਪੁਸ਼ਟੀ ਹੋਈ ਹੈ ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ ਹੁਣ ਇਹ ਲਾਗ ਗਾਵਾਂ ਤੋਂ ਇਲਾਵਾ ਮੱਝਾਂ ਵਿੱਚ ਵੀ ਹੋ ਰਹੀ ਹੈ ਹੁਣ ਤੱਕ ਮੱਝਾਂ ਵਿੱਚ ਇਨਫੈਕਸ਼ਨ ਦੇ 48 ਮਾਮਲੇ ਸਾਹਮਣੇ ਆ ਚੁੱਕੇ ਨੇ ਹੁਣ ਲੰਪੇਤੀ ਲਾਗ ਰਾਜ ਦੇ ਸੱਤ ਸਰਹੱਦੀ ਜ਼ਿਲ੍ਹਿਆਂ ਤੋਂ ਇਲਾਵਾ ਸਾਰੇ 23 ਜ਼ਿਲ੍ਹਿਆਂ ਵਿੱਚ ਫੈਲ ਗਈ ਹੈ ਹੁਣ ਤੱਕ ਇਸ ਜਾਨਲੇਵਾ ਇਨਫੈਕਸ਼ਨ ਦੀ ਲਪੇਟ ਵਿੱਚ 1 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ 7000 ਤੋਂ ਵੱਧ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਚੰਗੀ ਗੱਲ ਇਹ ਹੈ ਕਿ ਸੂਬੇ ਵਿੱਚ ਹੁਣ ਤੱਕ ਕਰੀਬ 50000 ਪਸ਼ੂ ਠੀਕ ਹੋ ਚੁੱਕੇ ਹਨ ਹਾਲਾਂਕਿ ਸੂਬਾ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਸੂਬੇ ਵਿੱਚ 3 ਲੱਖ ਪਸ਼ੂਆਂ ਨੂੰ ਇਨਫੈਕਸ਼ਨ ਤੋਂ ਬਚਾਉਣ ਲਈ ਟੀਕਾਕਰਨ ਕੀਤਾ ਗਿਆ ਹੈ ਪੰਜਾਬ ਨੂੰ ਹੁਣ ਤੱਕ ਟੀਕੇ ਦੀਆਂ 3.16 ਲੱਖ ਖੁਰਾਕਾਂ ਮਿਲ ਚੁੱਕੀਆਂ ਨੇ ਇਹ ਟੀਕੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਲੋੜ ਦੇ ਅਨੁਪਾਤ ਵਿੱਚ ਭੇਜੇ ਗਏ ਹਨ ਪਸ਼ੂਆਂ ਵਿੱਚ ਟੀਕਾਕਰਨ ਨੂੰ ਸਫਲ ਬਣਾਉਣ ਲਈ 673 ਟੀਮਾਂ ਦਾ ਗਠਨ ਕੀਤਾ ਗਿਆ ਇਸ ਦੇ ਨਾਲ ਹੀ ਵੈਟਰਨਰੀ ਸਿੱਖਿਆ ਦੇ ਆਖਰੀ ਸਾਲ ਦੇ ਵਿਦਿਆਰਥੀ ਅਤੇ ਬੈਚਲਰ ਆਫ ਵੈਟਰਨਰੀ ਸਾਇੰਸ ਦੇ ਇੰਟਰਨਜ਼ ਨੂੰ ਵੀ ਲਗਾਇਆ ਗਿਆ ਇਹ ਟੀਮਾਂ ਬਿਮਾਰੀ ਦੇ ਇਲਾਜ ਅਤੇ ਕੰਟਰੋਲ ਲਈ ਕੇਂਦਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਨਿਯਮਤ ਤੌਰ ਤੇ ਪਾਲ ਨਾ ਕਰ ਰਹੀਆਂ ਨੇ ਡਾਕਟਰ ਰਾਮਪਾਲ ਮਿੱਤ ਲੰਮੀ ਇਨਫੈਕਸ਼ਨ ਨੋਡਲ ਅਫਸਰ ਪੰਜਾਬ ਦਾ ਕਹਿਣਾ ਹੈ ਕਿ ਰਾਜ ਵਿੱਚ ਸੰਕਰਮਿਤ ਪਸ਼ੂਆਂ ਵਿੱਚ ਸੁਧਾਰ ਸ਼ੁਰੂ ਹੋ ਗਿਆ ਹੈ ਕੁੱਲ ਸੰਕਰਮਿਤ ਪਸ਼ੂਆਂ ਵਿੱਚੋਂ ਕਰੀਬ 50000 ਪਸ਼ੂ ਤੰਦਰੁਸਤ ਹੋ ਗਏ ਨੇ ਹਾਲਾਤ ਹੁਣ ਕਾਬੂ ਹੇਠ ਨੇ ਇਹ ਸਨ ਅੱਜ ਦੀਆਂ ਮੁੱਖ ਮੁੱਖ ਖਬਰਾਂ ਹੋਰ ਅਪਡੇਟਸ ਲਈ ਵੇਖਦੇ ਰਹੋ ਪੰਜਾਬ ਮੀਲ ਯੂ ਐਸ ਏ ਟੀ ਵੀ ਸਤਿ ਸ੍ਰੀ ਅਕਾਲ